रूपनगर जिले दे सरकारी मिडल स्कूल ब्लाक रोपड़ पिंड शामपुरा सरकारी स्कूल विच लोहड़ी दा त्योहार समाज सेवियां अते स्कूल अध्यापकां वल्लों मनाया गया। इस मौके स्कूल दे अध्यापकां ने दस्या कि प्रगट सिंह लाडी समाज सेवी वल्लों पिछले 4 सालां तों सरकारी स्कूल विच लोहड़ी दा त्योहार मनाया जा रहा है अते इस साल भी लोहड़ी दा त्योहार बड़ी धूमधाम नाल मनाया गया। इस मौके समाज सेवी प्रगट सिंह ने कहा कि हर साल दी तरह इस साल भी लोहड़ी दा त्योहार पिंड दे स्कूल विच समूह नगर पंचायत अते पिंड वासियां दे सहयोग नाल मनाया गया अते ओ हर साल तियां दी लोहड़ी मनाउंदे हन अते अग्गे भी मनाउंदे रहणगे। रूपनगर तो लाडी खाबड़ा दी रिपोर्ट। ਅੱਜ ਜਿਹੜੀ ਕਿ ਲੋਹੜੀ ਮਨਾਈ ਗਈ। ਹਾਂਜੀ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ। ਮੇਰਾ ਨਾਮ ਕਰਮਜੀਤ ਕੌਰ, ਸਰਕਾਰੀ ਮਿਡਲ ਸਕੂਲ ਸ਼ਾਮਪੁਰਾ ਤੋਂ, ਅਤੇ ਸਾਡੇ ਪਿੰਡ ਵੱਲੋਂ, ਸਾਡੇ ਸਮੂਹ ਪਿੰਡ ਦੇ ਮੈਂਬਰਸ ਵੱਲੋਂ, ਭਾਜੀ ਲਾਡੀ ਵੱਲੋਂ ਸਾਡੇ ਸਕੂਲ ਦੇ ਵਿੱਚ ਕੁੜੀਆਂ ਦੀ ਲੋਹੜੀ ਮਨਾਈ ਜਾ ਰਹੀ ਆ। ਅਤੇ ਇਹ ਬਹੁਤ ਵਧੀਆ ਉਪਰਾਲਾ, ਸਾਨੂੰ ਬਹੁਤ ਪਸੰਦ ਆਇਆ, ਬਹੁਤ ਵਧੀਆ ਲੱਗਿਆ। ਕੁੜੀਆਂ ਨੂੰ ਬਰਾਬਰ ਸਮਾਜ ਦੇ ਵਿੱਚ ਬਰਾਬਰਤਾ ਦਿੱਤੀ ਜਾ ਰਹੀ ਆ ਨਾ, ਅਤੇ ਇਸ ਤਰ੍ਹਾਂ ਦੇ ਜਿਹੜੇ ਉਪਰਾਲੇ ਹੁੰਦੇ ਰਹਿਣੇ ਚਾਹੀਦੇ ਆ ਨਾ, ਤਾਂ ਕਿ ਕੁੜੀਆਂ ਨੂੰ ਵੀ ਆਪਣਾ ਮਾਣ ਮਹਿਸੂਸ ਹੋਵੇ। ਲੋਹੜੀ ਦਾ ਤਿਉਹਾਰ ਮਨਾਇਆ ਗਿਆ। ਹਾਂਜੀ, ਅੱਜ ਇਹ 4th ਸਾਲ ਹੈ ਕਿ ਲਗਾਤਾਰ ਸਾਡੇ ਸਕੂਲ ਦੇ ਵਿੱਚ ਪ੍ਰਗਟ ਸਿੰਘ ਜੀ ਲਾਡੀ ਜੀ ਵੱਲੋਂ ਇੱਥੇ ਇਹ ਪਹਿਲਕਦਮੀ ਕਰਦੇ ਹੋਏ ਲੋਹੜੀ ਦਾ ਤਿਉਹਾਰ ਮਨਾਇਆ ਜਾ ਰਿਹਾ ਆ। ਅਤੇ ਇਹਨੂੰ ਧੀਆਂ ਦੇ ਨਾਲ ਸਪੈਸ਼ਲੀ ਜੋੜਿਆ ਗਿਆ, ਕਿਉਂਕਿ ਲੋਹੜੀ ਹਰ ਕੋਈ ਮਨਾਉਂਦਾ ਹੈ, ਲੇਕਿਨ ਜਦੋਂ ਆਪਾਂ ਇਹਨੂੰ ਕਿਸੇ ਖਾਸ ਮੰਤਵ ਦੇ ਨਾਲ ਜੋੜਦੇ ਹਾਂ ਤਾਂ ਉਹਦੀ ਫਿਰ ਮਹੱਤਤਾ ਹੋਰ ਜ਼ਿਆਦਾ ਵੱਧ ਜਾਂਦੀ ਹੈ। ਅਸੀਂ ਇਸ ਸਕੂਲ ਦੇ ਵਿੱਚ ਸਾਰੇ ਲੋਕਾਂ ਨੂੰ ਇਕੱਠੇ ਕਰਕੇ ਜਿਹੜੀਆਂ ਧੀਆਂ ਨਵੀਆਂ ਜੰਮੀਆਂ ਨੇ ਉਹਨਾਂ ਦੀ ਲੋਹੜੀ ਪਾਉਂਦੇ ਹਾਂ ਸਪੈਸ਼ਲੀ, ਅਤੇ ਸਮਾਜ ਦੇ ਵਿੱਚ ਇੱਕ ਸੰਦੇਸ਼ ਦਿੰਦੇ ਹਾਂ ਕਿ ਧੀਆਂ ਕਿਸੇ ਨਾਲੋਂ ਵੀ ਘੱਟ ਨਹੀਂ ਹੈਗੀਆਂ ਅਤੇ ਇਹਨਾਂ ਨੂੰ ਪੁੱਤਰਾਂ ਵਾਂਗੂ ਲਾਡ ਲੜਾਇਆ ਜਾਵੇ, ਕਿਉਂਕਿ ਆਉਣ ਵਾਲਾ ਸਮਾਂ ਜਿਹੜਾ ਆ ਉਹ ਬਰਾਬਰੀ ਦਾ ਸਮਾਂ ਆ ਗਿਆ ਹੈ। ਸਗੋਂ ਬਰਾਬਰੀ ਤੋਂ ਵੀ ਮੈਂ ਅੱਗੇ ਵੱਧ ਕੇ ਗੱਲ ਕਵਾਂਗੀ ਕਿ ਧੀਆਂ ਪੁੱਤਰਾਂ ਨਾਲੋਂ ਵੱਧ ਮਾਂ ਪਿਓ ਦੀ ਸੇਵਾ ਕਰਦੀਆਂ ਅਤੇ ਹਰੇਕ ਫੀਲਡ ਦੇ ਵਿੱਚ, ਹਰੇਕ ਖੇਤਰ ਦੇ ਵਿੱਚ ਮੱਲਾਂ ਮਾਰ ਰਹੀਆਂ ਨੇ, ਚਾਹੇ ਉਹ ਖੇਡਾਂ ਦਾ ਹੋਵੇ, ਚਾਹੇ ਪੜ੍ਹਾਈ ਦਾ ਹੋਵੇ, ਅਤੇ ਚਾਹੇ ਸਮਾਜ ਸੇਵਾ ਦਾ ਹੋਵੇ। ਅਤੇ ਇਹਦੇ ਵਿੱਚ ਆਪਾਂ ਮਦਰ ਟਰੇਸਾ ਨੂੰ ਜਾਣਦੇ ਹਾਂ, ਹੋਰ ਬਹੁਤ ਸਾਰੇ ਖਿਡਾਰੀਆਂ ਨੂੰ, ਸੈਨਾ ਨੇਹਵਾਲ ਨੂੰ ਜਾਣਦੇ ਹਾਂ, ਮੈਰੀ ਕੌਮ ਨੂੰ ਜਾਣਦੇ ਹਾਂ। ਤਾਂ ਇਹ ਮੈਰੀ ਕੌਮ, ਇਹ ਸੈਨਾ ਨੇਹਵਾਲ, ਇਹ ਸਿਰਫ ਕਿਸੇ ਖਾਸ ਘਰਾਂ ਚੋਂ ਨਹੀਂ ਨਿਕਲਦੀਆਂ, ਇਹ ਸਾਡੇ ਵਰਗੇ ਸਮਾਜਾਂ ਦੇ ਵਿੱਚੋਂ, ਸਾਡੇ ਵਰਗੇ ਘਰਾਂ ਚੋਂ ਹੀ ਨਿਕਲਦੀਆਂ। ਸੋ ਧੀਆਂ ਦਾ ਸਤਿਕਾਰ ਕਰਿਆ ਕਰੋ, ਕੁੱਖ ਵਿੱਚ ਨਾ ਮਾਰਿਆ ਕਰੋ, ਅਤੇ ਇਹਨਾਂ ਦੀ ਲੋਹੜੀ ਮਨਾਇਆ ਕਰੋ ਤਾਂ ਕਿ ਇਹਨਾਂ ਦੇ ਵਿੱਚ ਉਤਸ਼ਾਹ ਹੋਵੇ ਅਤੇ ਇਹ ਹੋਰ ਪੁਰਜ਼ੋਰ ਆਪਣੀ ਕੋਸ਼ਿਸ਼ ਦੇ ਨਾਲ ਅੱਗੇ ਵੱਧਦੀਆਂ ਜਾਣ। ਅੱਜ ਲੋਹੜੀ ਮਨਾਈ ਗਈ ਸਰਕਾਰ। ਹਾਂਜੀ, ਮੈਂ ਦੋ ਲੈਣਾ ਕੁੜੀਆਂ ਬਾਰੇ, ਜਿਹੜੀ ਅੱਜ ਲੋਹੜੀ ਪਾਈ ਆ ਉਹਨਾਂ ਬਾਰੇ ਮੈਂ ਦੋ ਲੈਣਾ ਗਾਉਣਾ ਚਾਹੁੰਦੀ ਹਾਂ ਗੀਤ। ਹਾਂਜੀ, ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਜੀ। ਪਹਿਲਾਂ ਹੋਇਆ ਕੀ ਜੇ ਧੀ ਜੰਮ ਪੀ, ਪਰ ਕੁੱਖ ਤਾਂ ਸੁਲੱਖੜੀ ਹੋਈ, ਧੀ ਵੀ ਤਾਂ ਦਾਤ ਰੱਬ ਦੀ, ਭੈੜੀ ਦੁਨੀਆ ਕਰੇ ਅਣਹੋਈ। ਹੋਇਆ ਕੀ ਜੇ ਧੀ ਜੰਮ ਪੀ, ਧੀਆਂ ਪੁੱਤਾਂ ਤੋਂ ਪਿਆਰ ਵੱਧ ਲੈਂਦੀਆਂ, ਸੁੱਖ ਮਾਪਿਆਂ ਦੀ ਮੰਗਦੀਆਂ ਰਹਿੰਦੀਆਂ। ਵੀਰੇ ਹੱਥ ਬੰਨ ਰੱਖੜੀ, ਉਹ ਵੀਰੇ ਹੱਥ ਬੰਨ ਰੱਖੜੀ, ਲੰਬੀ ਉਮਰਾਂ ਦੀ ਕਰੇ ਅਰਜੋਈ। ਹੋਇਆ ਕੀ ਜੇ ਧੀ ਜੰਮ ਪੀ। ਸਤਿ ਸ਼੍ਰੀ ਅਕਾਲ ਜੀ। ਉਪਰਾਲਾ ਅੱਜ ਪਿੰਡ ਸ਼ਾਮਪੁਰਾ ਵਿੱਚ ਕੀਤਾ ਗਿਆ। ਅਜੀ, ਅਸੀਂ ਧੀਆਂ ਦੀ ਲੋਹੜੀ ਪਾਉਂਦੇ, ਹਰ ਸਾਲ ਪਾਉਂਦੇ ਆ ਜੀ, ਸਮੂਹ ਪੰਚਾਇਤ ਦੇ ਨਾਲ, ਸੰਯੋਗ ਦੇ ਨਾਲ, ਅਤੇ ਸਮੂਹ ਆਪਣਾ ਸਕੂਲ ਦੇ ਸੰਯੋਗ ਨਾਲ ਜੀ, ਮਿਡਲ ਸਕੂਲ ਅਤੇ ਪ੍ਰਾਇਮਰੀ ਸਕੂਲ ਦੇ ਸੰਯੋਗ ਨਾਲ। ਪਰ ਜੀ, ਅਸੀਂ ਇਸੇ ਤਰ੍ਹਾਂ ਹਰ ਸਾਲ ਧੀਆਂ ਦੀ ਲੋਹੜੀ ਪਾਉਂਦੇ ਹਾਂ, 4 ਸਾਲ ਹੋ ਗਏ, ਅੱਗੇ ਵੀ ਅਸੀਂ ਪਾਉਂਦੇ ਰਹਾਂਗੇ ਜੀ। ਜਿਹੜਾ ਕਿ ਲੋਹੜੀ ਦਾ ਤਿਉਹਾਰ ਤੁਸੀਂ ਮਨਾਉਣਾ ਸ਼ੁਰੂ ਕੀਤਾ, ਕਿੱਥੋਂ ਇੱਕ ਪ੍ਰੇਰਣਾ ਮਿਲੀ ਕਿ ਤੁਹਾਡਾ ਆਪਣਾ ਕੋਈ ਬੱਚੀ ਸੀ? ਹਾਂਜੀ ਹਾਂਜੀ ਭਾਜੀ, ਮੈਂ ਮੇਰੇ ਕੋਲ ਭਾਜੀ ਇੱਕ ਬੇਟੀ ਹੈ, ਮੈਂ ਆਪਣੀ ਬੇਟੀ ਤੋਂ ਹੀ ਸ਼ੁਰੂਆਤ ਕੀਤੀ ਹੈ ਲੋਹੜੀ ਪਾਉਣ ਦੀ। ਅਤੇ ਉਸੇ ਤਰ੍ਹਾਂ ਭਾਜੀ ਜਿਹਦੀ ਫਸਟ ਲੋਹੜੀ ਹੁੰਦੀ ਆ, ਅਸੀਂ ਇਸੇ ਤਰ੍ਹਾਂ ਭਾਜੀ ਹਰ ਸਾਲ ਫਸਟ ਲੋਹੜੀ ਵੀ ਪਾਉਂਦੇ ਆ, ਜਿਹਦੀ ਗੁੱਡੀਆਂ ਦੀ ਹੁੰਦੀ ਆ, ਅਸੀਂ ਇਸੇ ਤਰ੍ਹਾਂ ਪਾਉਂਦੇ ਭਾਜੀ ਹਰ ਸਾਲ। ਇਸ ਵਾਰ ਕਿੰਨੀਆਂ ਜਿਹੜੀਆਂ ਕੁੜੀਆਂ ਸੀਗੀਆਂ ਨਵ ਜੰਮੀਆਂ, ਜਾਂ ਫਿਰ ਕਿੰਨੀਆਂ ਛੋਟੀਆਂ ਬੱਚੀਆਂ ਸੀ? 3 ਭਾਜੀ ਗੁੱਡੀਆਂ ਸੀ ਸਰ, ਇਸ ਟਾਈਮ 3 ਆਈ ਸੀ, 3 ਗੁੱਡੀਆਂ ਦੀ ਆਪਾਂ ਲੋਹੜੀ ਪਾਈ ਹੈ ਜੀ। ਜਿੰਨੀਆਂ ਸਾਨੂੰ ਹਰ ਸਾਲ, ਅਸੀਂ ਤੁਹਾਡੇ ਮੀਡੀਆ ਰਾਹੀਂ ਅਪੀਲ ਕਰਦੇ ਆ, ਸਾਡੇ ਨਾਲ ਸੰਪਰਕ 'ਚ ਆਓ, ਅਸੀਂ ਵੱਧ ਤੋਂ ਵੱਧ ਧੀਆਂ ਦੀ ਲੋਹੜੀ ਪਾਈਏ, ਤਾਂ ਕਿ ਇਹ ਭਰਪੂਰ ਫਤਿਆ ਅਸੀਂ ਖਤਮ ਕਰ ਸਕੀਏ। ਕੀ ਕਹਿਣਾ ਚਾਹੁੰਦੇ ਹੋ, ਜਿਹੜਾ ਕਿ ਕਿਸ ਤਰ੍ਹਾਂ ਦੀ ਇੱਕ ਖੁਸ਼ੀ ਹੁੰਦੀ ਹੈ ਜਦੋਂ ਲੋਹੜੀ ਤੁਸੀਂ ਧੀਆਂ ਦੀ ਮਨਾਉਂਦੇ ਹੋ ਪੁੱਤਾਂ ਵਾਂਗ? ਭਾਜੀ ਬਹੁਤ ਖੁਸ਼ੀ ਹੁੰਦੀ ਹੈ, ਧੀਆਂ ਕਿਸੇ ਤੋਂ ਘੱਟ ਹੈ ਹੀ ਨਹੀਂ ਭਾਜੀ। ਤੁਸੀਂ ਦੇਖ ਲਓ, ਏਅਰਫੋਰਸ ਵਿੱਚ ਹਰ ਜਗ੍ਹਾ ਜਾ ਰਹੀ ਦੀ ਆ, ਨੇਵੀ 'ਚ ਹਰ ਜਗ੍ਹਾ ਜਾ ਰਹੀ ਕੁੜੀ, ਤੁਹਾਡੀ ਮੀਰ ਹੈ, ਅਸੀਂ ਇਹੀ ਅਪੀਲ ਕਰਦੇ ਵੀ ਵੱਧ ਤੋਂ ਵੱਧ ਲੋਹੜੀ ਪਾਓ ਕੁੜੀਆਂ ਦੀ।